ਆਬਕਾਰੀ ਵਿਭਾਗ ਅਤੇ ਬਟਾਲਾ ਪੁਲਿਸ ਜ਼ਿਲ੍ਹਾ ਵੱਲੋਂ ਇੱਕ ਜੁਆਇੰਟ ਰੇਡ ਓਪਰੇਸ਼ਨ ਦੇ ਚੱਲਦੇ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ 'ਚ ਘਰ ਦੀ ਛੱਤ 'ਤੇ ਬਣਾਈ ਦੇਸੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ। ਉੱਥੇ ਹੀ ਘਰ ਦੀ ਛੱਤ 'ਤੇ ਲੱਗੀ ਪਾਣੀ ਦੀ ਟੈਂਕੀ 'ਚੋਂ ਅਤੇ ਡਰੰਮਾਂ 'ਚੋਂ ਕਰੀਬ 1500 ਲੀਟਰ ਲਾਹਣ ਬਰਾਮਦ ਕੀਤੀ ਗਈ, ਜਿਸ ਤੋਂ ਹਜ਼ਾਰਾਂ ਲੀਟਰ ਦੇਸੀ ਸ਼ਰਾਬ ਤਿਆਰ ਹੋਣੀ ਸੀ ਅਤੇ ਵੱਡੀ ਮਾਤਰਾ 'ਚ ਤਿਆਰ ਦੇਸੀ ਸ਼ਰਾਬ ਅਤੇ ਭੱਠੀਆਂ ਵੀ ਮੌਕੇ ਤੋਂ ਜ਼ਬਤ ਕੀਤੀਆਂ ਗਈਆਂ ਅਤੇ ਘਰ ਦੇ ਮਾਲਕ ਅਰਜੁਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਬਕਾਰੀ ਵਿਭਾਗ ਦੇ ਇੰਸਪੈਕਟਰ ਦੀਪਕ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਵਿਭਾਗ ਦੀ ਟੀਮ ਨੂੰ ਇੱਕ ਵਿਸ਼ੇਸ਼ ਜਾਣਕਾਰੀ ਸੀ ਅਤੇ ਉਸਦੇ ਚੱਲਦੇ ਉਹਨਾਂ ਦੇ ਵਿਭਾਗ ਅਤੇ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਕੋਟਲੀ ਬਾਰੀਆਂ ਵਿਖੇ ਰੇਡ ਕੀਤਾ ਤਾਂ ਅਰਜੁਨ ਸਿੰਘ ਦੀ ਘਰ ਦੀ ਛੱਤ 'ਤੇ ਪੂਰੀ ਦੇਸੀ ਸ਼ਰਾਬ ਬਣਾਉਣ ਦੀ ਫੈਕਟਰੀ ਪਾਈ ਗਈ, ਜਿਸ 'ਚ ਖਾਸ ਇਹ ਸੀ ਕਿ ਜੋ ਘਰ 'ਤੇ ਛੱਤ 'ਤੇ ਬਣੀ ਪਾਣੀ ਦੀ ਟੈਂਕੀ ਸੀ ਉਸ 'ਚ ਹਜ਼ਾਰਾਂ ਲੀਟਰ ਲਾਹਣ ਸੀ ਅਤੇ ਅਨੇਕਾਂ ਲੋਹੇ ਦੇ ਡਰੰਮ ਅਤੇ ਹੋਰ ਸਮਾਨ ਬਰਾਮਦ ਕੀਤਾ। ਉੱਥੇ ਹੀ ਮੌਕੇ 'ਤੇ ਅਰਜੁਨ ਸਿੰਘ ਨੂੰ ਗ੍ਰਿਫਤਾਰ ਕਰ ਕਰੀਬ 1500 ਲੀਟਰ ਲਾਹਣ ਬਰਾਮਦ ਕੀਤੀ ਗਈ, ਜਿਸ ਤੋਂ ਹਜ਼ਾਰਾਂ ਲੀਟਰ ਦੇਸੀ ਸ਼ਰਾਬ ਤਿਆਰ ਹੋਣੀ ਸੀ ਅਤੇ ਵੱਡੀ ਮਾਤਰਾ 'ਚ ਦੇਸੀ ਸ਼ਰਾਬ ਵੀ ਜ਼ਬਤ ਕੀਤੀ ਗਈ। ਪੰਜਾਬ ਸਰਕਾਰ ਤੋਂ ਕਾਫੀ ਸਖਤ ਨਿਰਦੇਸ਼ ਸਾਨੂੰ ਪ੍ਰਾਪਤ ਹੋਏ ਆ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਾਰੇ ਪੰਜਾਬ ਦੇ ਵਿੱਚ ਸਰਚ ਆਪਰੇਸ਼ਨਸ ਚੱਲ ਰਹੇ ਆ ਨਸ਼ੇ ਨੂੰ ਲੈ ਕੇ, ਮਾੜੀ ਸ਼ਰਾਬ ਨੂੰ ਲੈ ਕੇ। ਇਸ ਤਹਿਤ ਅੱਜ ਸਾਡੇ ਅਸਿਸਟੈਂਟ ਕਮਿਸ਼ਨਰ ਸ਼੍ਰੀ ਪਵਨਜੀਤ ਸਿੰਘ ਜੀ, ਗੁਰਦਾਸਪੁਰ ਰੇਂਜ ਐਕਸਾਈਜ਼ ਕਮਿਸ਼ਨਰ, ਸਾਡੇ ਈਓ ਗੌਤਮ ਗੋਵਿੰਦ ਜੀ, ਸਾਡੇ SSP ਸਾਹਿਬ ਰਾਜਪਾਲ ਜੀ ਸੰਧੂ ਜੀ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼, ਇੱਕ ਅਸੀਂ ਜੁਆਇੰਟ ਟੀਮ ਬਣਾਈ ਸੀ, ਸਾਨੂੰ ਕੋਈ ਮੁਖਬਰੀ ਸੀ ਉਹਨੂੰ ਲੈ ਕੇ ਮੈਂ ਟੀਮ ਦੀ ਅਗਵਾਈ ਕਰ ਰਿਹਾ ਸੀ। ਮੇਰੇ ਨਾਲ SHO ਡੇਰਾ ਬਾਬਾ ਨਾਨਕ ਜਸਵਿੰਦਰ ਸਿੰਘ ਜੀ ਚਾਹਲ ਸੀ। ਸਾਡੀਆਂ ਟੀਮਾਂ ਇੱਦਾਂ ਸੀ ਜੀ, ਆਪਣੇ ASI ਖੁਸ਼ਵੰਤ ਸਿੰਘ ਜੀ ਐਕਸਾਈਜ਼ ਬ੍ਰਾਂਚ ਤੋਂ, ASI ਨਰਿੰਦਰ ਸਿੰਘ, ASI ਹਰਵਿੰਦਰ ਸਿੰਘ, SC ਪ੍ਰਗਟ ਸਿੰਘ ਅਤੇ SC ਨਰਿੰਦਰ ਕੁਮਾਰ, ਅਤੇ ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਤੋਂ SHO ਸਾਹਿਬ ਦੀ ਅਗਵਾਈ 'ਚ SI ਭੁਪਿੰਦਰ ਸਿੰਘ ਜੀ, SC ਗੁਰਜੀਤ ਸਿੰਘ, ਕੋਂਸਟੇਬਲ ਰੁਪਿੰਦਰ ਸਿੰਘ ਜੀ, PHG ਸਕੱਤਰ ਸਿੰਘ ਜੀ, ਸਾਡੀ ਇੱਕ ਜੁਆਇੰਟ ਟੀਮ ਬਣੀ ਸੀ ਜੀ, ਜਿਹਦੇ ਰਿਗਾਰਡਿੰਗ ਅਸੀਂ ਅੱਜ ਰੇਡ ਕੀਤਾ ਪਿੰਡ ਕੋਟਲੀ ਵਰਿਆਮ, ਅਤੇ ਕੋਟਲੀ ਵਰਿਆਮ ਦੇ ਵਿੱਚ ਅਰਜੁਨ ਸਿੰਘ ਦੇ ਘਰ ਰੇਡ ਕੀਤਾ ਮੁਖਬਰ ਦੇ ਤਲਾਹ 'ਤੇ। ਅਤੇ ਉਹ ਰੇਡ ਦੇ ਵਿੱਚ ਉਹਨਾਂ ਨੇ ਆਪਣੇ ਫਸਟ ਫਲੋਰ ਦੇ ਉੱਤੇ ਛੱਤ 'ਤੇ ਉਹਨਾਂ ਨੇ ਪੂਰੀ ਮਿੰਨੀ ਡਿਸਟਿਲਰੀ ਸੀ, 7-5 ਡਰੰਮ ਸੀ ਉਹਨਾਂ ਕੋਲ ਜੀ ਲੋਹੇ ਦੇ, ਇੱਕ ਡਰੰਮ ਸੀ ਜੀ, ਇੱਕ 4 ਪਲਾਸਟਿਕ ਦੇ ਡਰੰਮ ਸੀ, ਪੂਰੇ ਭੱਠੀ ਦਾ ਸਮਾਨ ਸੀ ਜਿਹਦੇ ਵਿੱਚ ਅਲਮੂਨੀਅਮ ਦਾ ਪਤੀਲਾ, ਬਾਲਟਾ, ਗੈਸ ਸਿਲੰਡਰ, ਸਟੋਵ, ਸਕਾਲਾ, ਅਤੇ ਉਹਦੇ ਵਿੱਚ ਸਾਨੂੰ ਕੋਈ 1500 ਲੀਟਰ ਲਾਹਨ ਅਸੀਂ ਰਿਕਵਰੀ ਕੀਤੀ ਹੈ ਜੀ, ਅਤੇ ਨਾਲ 40 ਲੀਟਰ ਸ਼ਰਾਬ ਰਿਕਵਰੀ ਕੀਤੀ ਆ। 5 ਤਾਂ ਡਰੰਮ 'ਚ ਸੀ, ਇੱਕ ਉਹਨਾਂ ਨੇ ਘਰ ਦੀ ਟੈਂਕੀ ਬਣਾਈ ਸੀ ਜੀ, ਆਪਣੇ ਉਹ ਟੈਂਕੀ ਦੇ ਵਿੱਚ ਉਹਨਾਂ ਨੇ ਲਾਹਨ ਰੱਖੀ ਹੋਈ ਸੀ ਔਰ ਜਿਹਦੇ ਤੋਂ ਉਹ ਲਾਹਨ ਨੂੰ ਕਨਵਰਟ ਕਰਦੇ ਸੀ ਸ਼ਰਾਬ ਦੇ ਵਿੱਚ ਅਤੇ ਸ਼ਰਾਬ ਨੂੰ ਸਪਲਾਈ ਕਰਦੇ ਸੀ। ਇਹ ਕਾਫੀ ਲਾਰਜ ਸਕੇਲ ਦੇ ਵਿੱਚ ਹੀ ਜਿਹੜਾ ਅੱਜ ਆਪਾਂ ਨੇ ਇਹਨੂੰ ਫੜਿਆ ਹੈ ਅਤੇ ਸਾਡੀ ਰੇਡ ਸਕਸੈਸਫੁਲ ਰਹੀ ਆ ਜੀ, ਸਾਰੀ ਰਿਕਵਰੀ ਅਸੀਂ ਕਰ ਲਈ ਆ। ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ 'ਚ ਅਸੀਂ FIR ਦਰਜ ਕਰਾ ਲਿਆ ਜੀ।